ਅੰਮ੍ਰਿਤਸਰ ਦੇ ਇਸ ਕਲਾਕਾਰ ਨੇ ਕਮਾਲ ਕਰ ਦਿਖਾਇਆ ਹੈ। ਇਸ ਕਲਾਕਾਰ ਨੇ ਕੁਝ ਅਜਿਹਾ ਕੀਤਾ ਹੈ ਜਿਸ ਨੂੰ ਦੇਖ ਕੇ ਸਭ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਦਰਅਸਲ ਅੰਮ੍ਰਿਤਸਰ ਦੇ ਤੁਥਪਿਕ ਆਰਟਿਸਟ ਬਲਜਿੰਦਰ ਸਿੰਘ ਮਾਨ ਵੱਲੋਂ ਆਪਣੇ ਨਾਂ 'ਤੇ 8ਵਾਂ ਵਰਲਡ ਰਿਕਾਰਡ ਦਰਜ ਕਰਵਾਇਆ ਗਿਆ। ਦੱਸ ਦੇ ਕਿ ਇਸ ਤੋਂ ਪਹਿਲਾਂ ਵੀ 7 ਵਰਲਡ ਰਿਕਾਰਡ ਉਹਨਾਂ ਦੇ ਨਾਂ 'ਤੇ ਦਰਜ ਸਨ ਅਤੇ ਹੁਣ 8ਵਾਂ ਰਿਕਾਰਡ ਵੀ ਉਹਨਾਂ ਨੇ ਆਪਣੇ ਨਾਂ ਕਰ ਲਿਆ। ਇਸ ਵਾਰ ਉਹਨਾਂ ਨੇ ਤੁਥਪਿਕ ਦੇ ਨਾਲ ਇੱਕ ਸ਼ਿਵਲਿੰਗ ਨੂੰ ਤਿਆਰ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਤੁਥਪਿਕ ਆਰਟਿਸਟ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਕ ਕਲਾਕ੍ਰਿਤੀ ਜੋ ਹੈ ਤੁਥਪਿਕ ਨਾਲ ਬਣਾਈ ਗਈ ਹੈ। ਉਹਨਾਂ ਕਿਹਾ ਕਿ ਸ਼ਿਵਲਿੰਗ ਦੇ ਮਾਡਲ ਦਾ ਵਜ਼ਨ 886 ਗ੍ਰਾਮ ਹੈ। ਉਹਨਾਂ ਕਿਹਾ ਕਿ ਇਸ ਮਾਡਲ ਦੀ ਚੌੜਾਈ ਜੋ ਹੈ 7.5 ਇੰਚ ਹੈ ਅਤੇ ਉਚਾਈ 10 ਇੰਚ ਹੈ। ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਮਾਡਲ ਨੂੰ ਤਿਆਰ ਕਰਨ ਲਈ 9981 ਤੁਥਪਿਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨੂੰ ਬਣਾਉਣ ਦੇ ਵਿੱਚ 20 ਦਿਨ ਦਾ ਸਮਾਂ ਲੱਗਿਆ ਹੈ। ਇਸ ਤੋਂ ਪਹਿਲਾਂ ਵੀ ਆਰਟਿਸਟ ਵੱਲੋਂ 470 ਫੁੱਟ ਲੰਮਾ ਤਿਰੰਗਾ, 550 ਸਾਲਾ ਗੁਰਪੁਰਬ ਦਾ ਯੂਨੀਕ ਮਾਡਲ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਵਰਗੇ ਕਈ ਯਾਦਗਿਰੀ ਮਾਡਲ ਤੁਥਪਿਕ ਨਾਲ ਬਣਾਏ ਗਏ ਨੇ। ਇਹ ਸ਼ਿਵਲਿੰਗ ਦਾ ਮਾਡਲ ਮੈਂ ਟੁੱਥਪਿਕ ਨਾਲ ਬਣਾਇਆ ਸੀ ਅਤੇ ਇਹਦੇ 'ਤੇ ਜਿਹੜਾ 9000 ਦੇ ਕਰੀਬ ਟੁੱਥਪਿਕ ਲੱਗੀਆਂ, ਛੋਟੇ ਵੱਡੇ ਪੀਸ ਪਾ ਕੇ ਸਾਰੇ 9000 ਦੇ ਕਰੀਬ ਹੈ ਅਤੇ 20 ਦਿਨਾਂ ਦਾ ਜਿਹੜਾ ਸਮਾਂ ਇੱਥੇ ਲੱਗਾ ਸੀ ਅਤੇ ਇਹ ਮਾਡਲ ਜਿਹੜਾ ਆ ਇਹ ਬਣਾ ਕੇ ਬਾਅਦ ਵਿੱਚ ਇਹਦੇ ਵਾਸਤੇ ਵਰਲਡ ਰਿਕਾਰਡ ਵਾਸਤੇ ਮੈਂ ਅਪਲਾਈ ਕੀਤਾ ਸੀ ਯੂਨੀਕ ਵਰਲਡ ਰਿਕਾਰਡ 'ਤੇ ਅਤੇ ਉਹਦਾ ਪ੍ਰੋਸੈਸ ਜਿਹੜਾ ਚੱਲ ਰਿਹਾ ਸੀ ਅਤੇ ਉਹ ਹੁਣ ਜਿਹੜਾ ਵਰਲਡ ਰਿਕਾਰਡ 8ਵਾਂ ਵਰਲਡ ਰਿਕਾਰਡ ਮੈਨੂੰ ਇਹਦੇ ਵਿੱਚ ਹਾਸਲ ਹੋਇਆ ਜੀ। ਸਰ ਹੋਰ ਤੁਸੀਂ ਕੀ ਕਲਾਕ੍ਰਿਤੀ ਪੇਸ਼ ਕੀਤੀ ਸਰ ਟੁੱਥਪਿਕ ਦੇ ਨਾਲ? ਟੁੱਥਪਿਕ ਨਾਲ ਹੁਣ ਤੱਕ ਮੈਂ ਬਹੁਤ ਮਾਡਲ ਬਣਾ ਚੁੱਕਾ ਜਿਹਦੇ ਵਿੱਚ ਸਰਦਾਰ ਭਗਤ ਸਿੰਘ ਦਾ ਮਾਡਲ ਹੈ, 550 ਸਾਲ ਗੁਰਪੁਰਬ ਦੇ ਮੌਕੇ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਮਾਡਲ ਬਣਾਇਆ ਸੀ, ਸ਼ਤਰੰਜ ਦਾ ਮਾਡਲ ਬਣਾਇਆ ਅਤੇ ਲਿਟਰੇਸੀ ਡੇ 'ਤੇ ਮਾਡਲ ਬਣਾਇਆ ਸੀ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਡਲ ਹੈ। 470 ਫੁੱਟ ਦਾ ਫਲੈਗ ਬਣਾਇਆ ਸੀ ਮੈਂ, ਇੰਡੀਅਨ ਫਲੈਗ ਜਿਹੜਾ, ਅਤੇ ਇਸ ਤਰ੍ਹਾਂ ਬਹੁਤ ਸਾਰੇ ਵੱਖ ਵੱਖ ਸਮਿਆਂ 'ਤੇ ਜਿਹੜੇ ਮਾਡਲ ਹੁਣ ਤੱਕ ਪੇਸ਼ ਕਰ ਚੁੱਕਾ ਜੀ। ਸਰ ਪਰਿਵਾਰ ਵੱਲੋਂ ਕਿਸ ਦਾ ਸਹਿਯੋਗ ਸਰ ਤੁਹਾਨੂੰ? ਪਰਿਵਾਰ ਵੱਲੋਂ ਵਧੀਆ ਸਹਿਯੋਗ ਆ, ਸਾਰੇ ਖੁਸ਼ ਹੁੰਦੇ ਆ, ਸਾਰੇ ਰਿਸ਼ਤੇਦਾਰ, ਭੈਣ ਭਰਾ, ਸਾਰੇ ਸਾਕੇ ਸੰਬੰਧੀ ਆ, ਖੁਸ਼ੀ ਮਹਿਸੂਸ ਕਰਦੇ ਆ। ਪਰਿਵਾਰ ਵੱਲੋਂ ਵਧੀਆ ਸਹਿਯੋਗ ਹੁੰਦਾ, ਮੇਰੀ ਹੈਲਪ ਕਰਦੇ ਆ ਅਤੇ ਮੈਨੂੰ ਵੀ ਵਧੀਆ ਲੱਗਦਾ ਕਿ ਸਾਰੇ ਆਪਣੇ ਹਿਸਾਬ ਨਾਲ ਆਪਣਾ ਯੋਗਦਾਨ ਜ਼ਰੂਰ ਦਿੰਦੇ ਆ। ਸਰ ਫਿਊਚਰ ਕੀ ਪਲੈਨਿੰਗ ਹੈ ਕਿਉਂਕਿ ਤੁਸੀਂ ਲਗਾਤਾਰ ਰਿਕਾਰਡ ਬਣਾ ਰਹੇ ਹੋ, ਟੁੱਥਪਿਕ ਦਾ ਤਾਂ ਤੁਹਾਨੂੰ ਕਾਫੀ ਪਿਆਰ ਹੈਗਾ ਅਤੇ ਫਿਊਚਰ ਪਲੈਨਿੰਗ ਕੀ ਹੈ, ਕੀ ਤੁਸੀਂ ਮਾਡਲ ਤਿਆਰ ਕਰੋਗੇ ਆਉਣ ਵਾਲੇ ਦਿਨਾਂ? ਟੁੱਥਪਿਕ ਆਰਟਿਸਟ ਹੋਣ ਦੇ ਨਾਤੇ ਟੁੱਥਪਿਕ 'ਚ ਕੰਮ ਕਰੂੰਗਾ, ਲੇਕਿਨ ਹਰਿਆਵਲ ਅਤੇ ਪਾਣੀ ਬਚਾਓ ਵੱਲ ਜਿਹੜਾ ਆ ਸਮਾਜ ਨੂੰ ਮੋੜਨ ਦੀ ਕੋਸ਼ਿਸ਼ ਕਰੂੰਗਾ। ਇੱਕ ਆਰਟ ਬੜਾ ਵਧੀਆ ਖੇਤਰ ਹੁੰਦਾ ਜਿਹਦੇ ਨਾਲ ਲੋਕ ਤੁਹਾਡੇ ਨਾਲ ਜੁੜ ਜਾਂਦੇ ਆ, ਜਦੋਂ ਲੋਕ ਜੁੜੇ ਆ ਫਿਰ ਤੁਹਾਨੂੰ ਲੋਕ ਦੇਖਦੇ ਆ, ਸੁਣਦੇ ਆ, ਅਤੇ ਮੈਂ ਚਾਹੁੰਦਾ ਕਿ ਇਸ ਚੀਜ਼ ਦਾ ਫਾਇਦਾ ਜਿਹੜਾ ਆ ਉਹ ਸਾਰਿਆਂ ਨੂੰ ਸਾਂਝਾ ਹੋਵੇ, ਲੋਕ ਹਰਿਆਵਲ ਨਾਲ ਜੁੜਨ, ਗੱਲ ਨੂੰ ਸੁਣਨ ਅਤੇ ਸਮਝਣ ਕਿ ਪਾਣੀ ਬੜਾ ਜ਼ਰੂਰੀ ਆ, ਹਰਿਆਵਲ ਬੜੀ ਜ਼ਰੂਰੀ ਹੈ ਜੇ ਆਉਣ ਵਾਲੀ ਪੀੜ੍ਹੀਆਂ ਨੂੰ ਅਸੀਂ ਕੁਛ ਦੇਣਾ ਚਾਹੁੰਦੇ ਹਾਂ। ਮੈਂ ਚਾਹੁੰਦਾ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਇਸ ਚੀਜ਼ ਨੂੰ ਮੈਂ ਇਸ ਚੀਜ਼ ਵਾਸਤੇ ਜ਼ਰੂਰ ਵਰਤਾਂ।